ਕੰਗ ਸਾਹਿਬ ਕਿਵੇਂ ਦੇਖਦੇ ਹੋ ਟਿਕਟ ਕੱਟਣ ਦਾ ਕਾਰਨ ਕੀ ਲੱਗਿਆ ਕਿਉਂਕਿ ਲਾਸਟ ਦਿਨ ਤੱਕ ਵੀ ਤੁਸੀਂ ਇਹ ਕਹਿੰਦੇ ਰਹੇ ਕਿ ਟਿਕਟ ਨਹੀਂ ਕੱਟੀ ਜਾਵੇਗੀ ਕਿ ਟਿਕਟ ਹਾਈ ਕਮਾਨ ਮੈਨੂੰ ਦੇਵੇ ਚਰਨਜੀਤ ਸਿੰਘ ਚੰਨੀ ਨੇ ਸਾਜ਼ਿਸ਼ ਕਰਕੇ ਮੇਰੇ ਖਿਲਾਫ ਇੱਕ ਸ਼ਰਾਬ ਦਾ ਠੇਕੇਦਾਰ ਟਿੰਕੂ ਸ਼ਰਮਾ ਮਰੰਡੇ ਤੋਂ ਉਹਨੂੰ ਟਿਕਟ ਦਵਾਈ ਹੈ ਕਾਂਗਰਸ ਦੇ ਹਾਲਾਤ ਕੀ ਰਹਿਣਗੇ ਜੇ ਟਿੰਕੂ ਸ਼ਰਮਾ ਇੱਥੋਂ ਚੋਣ ਲੜਦੇ ਨੇ ਕੀ ਹਾਲਾਤ ਰਹਿਣਗੇ ਕਾਂਗਰਸ ਟਿੰਕੂ ਸ਼ਰਮਾ ਨੂੰ ਲੋਕਾਂ ਨੇ ਪਿੰਡਾਂ ਨਹੀਂ ਵੜਨ ਦੇਣਾ ਚੰਨੀ ਨੂੰ ਨਹੀਂ ਵੜਨ ਦੇਣਾ ਸ਼ਰਾਬ ਦੇ ਠੇਕੇਦਾਰ ਨੂੰ ਮਰੰਡੇ ਜਾ ਕੇ ਪਿੰਡ ਪਿੰਡ ਜਾ ਕੇ ਮੈਂ ਖੈਰ ਮੰਗੂੰਗਾ ਕਿ ਮਰੰਡੇ ਵਾਲਿਓ ਤੁਸੀਂ ਮੇਰੇ ਤੇ ਅਹਿਸਾਨ ਕੀਤਾ ਮੇਰਾ ਬੂਟਾ ਲਾਇਆ ਮੈਂ ਪਿੱਛੇ ਨਹੀਂ ਹਟਿਆ ਪਰ ਇਹਨੂੰ ਮਜ਼ਾ ਚਖਾਓ ਮਾਂ ਦਾ ਪੁੱਤ ਬਣਾ ਕੇ ਦਿਖਾਓ ਚੰਨੀ ਨੂੰ ਰਾਘਵ ਚੱਡੇ ਨਾਲ ਤੁਹਾਡੀ ਮੀਟਿੰਗ ਹੋਈ ਹੈ ਆਮ ਆਦਮੀ ਪਾਰਟੀ ਚੋਣ ਲੜਨ ਜਾ ਰਹੇ ਹੋ ਹਲਕਾ ਖੜ ਤੋਂ ਦੱਸਿਆ ਜਾ ਰਿਹਾ ਅਨਮੋਲ ਗਮ ਨੂੰ ਹਟਾਇਆ ਜਾ ਰਿਹਾ ਹੈ ਮੇਰੇ ਕੱਦ ਦਾ ਪਤਾ ਹੈ ਨਾ ਵੀ ਜਗਮੋਹਨ ਸਿੰਘ ਕੰਗ ਦੇ ਇਲਾਕੇ ਸ਼ਾਹ ਕੀ ਹੈ ਕਿ ਹੁਣ ਤੁਸੀਂ ਆਜ਼ਾਦ ਲੜੋਗੇ ਜਾਂ ਕਿਸੇ ਪਾਰਟੀ ਤੋਂ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਸਾਡੇ ਨਾਲ ਨੇ ਜਿਹਨਾਂ ਨੇ ਕੱਟੀ ਗਈ ਹੈ ਉਸ ਤੋਂ ਬਾਅਦ ਅੱਜ ਨੇ ਹਾਈ ਕਮਾਨ ਤੇ ਨਾਲ ਜਿਹੜਾ ਰੋਸ ਪ੍ਰਗਟ ਕੀਤਾ ਤੇ ਗੱਲਬਾਤ ਕਰਦੇ ਕੰਗ ਸਾਹਿਬ ਕਿਵੇਂ ਦੇਖਦੇ ਹੋ ਟਿਕਟ ਕੱਟਣ ਦਾ ਕਾਰਨ ਕੀ ਲੱਗਿਆ ਕਿਉਂਕਿ ਲਾਸਟ ਦਿਨ ਤੱਕ ਵੀ ਤੁਸੀਂ ਇਹ ਕਹਿੰਦੇ ਰਹੇ ਕਿ ਟਿਕਟ ਨਹੀਂ ਕੱਟੀ ਜਾਵੇਗੀ ਕਿ ਟਿਕਟ ਹਾਈ ਕਮਾਨ ਮੈਨੂੰ ਦੇਵੇਗੀ ਇਹਦੇ 'ਚ ਕੋਈ ਦੋ ਰਾਇਆ ਨਹੀਂ ਸੀ ਹਾਈ ਕਮਾਂਡ ਮੇਰੀ ਵਫਾਦਾਰੀ ਤੋਂ ਮੇਰੀ ਲੰਬੀ ਕਾਰਗੁਜ਼ਾਰੀ ਤੋਂ ਬੜੀ ਪ੍ਰਭਾਵਿਤ ਸੀ ਮੈਨੂੰ ਅਸ਼ੀਰਵਾਦ ਹਮੇਸ਼ਾ ਦਿੰਦੀ ਆਈ ਹੈ ਲਗਾਤਾਰ ਮੈਂ 6 ਇਲੈਕਸ਼ਨ ਲੜ ਚੁੱਕੇ ਹਾਂ ਜਿੱਤਿਆ ਵੀ ਹਾਰਿਆ ਵੀ ਇਸ ਵਾਰ ਟਿਕਟ ਮੇਰੀ ਪੱਕੀ ਸੀ ਪਰ ਚਰਨਜੀਤ ਸਿੰਘ ਚੰਨੀ ਨੇ ਸਾਜ਼ਿਸ਼ ਕਰਕੇ ਮੇਰੇ ਖਿਲਾਫ ਇੱਕ ਸ਼ਰਾਬ ਦੇ ਠੇਕੇਦਾਰ ਟਿੰਕੂ ਸ਼ਰਮਾ ਮਰੰਡੇ ਤੋਂ ਉਹਨੂੰ ਟਿਕਟ ਦਵਾਈ ਹੈ ਸੌਦਾ ਕਰਕੇ ਸਾਡਾ ਇੰਚਾਰਜ ਜੋ ਸੀਗਾ ਪੰਜਾਬ ਕਾਂਗਰਸ ਦਾ ਉਹ ਨਾਲ ਸੀ ਇਹ ਸੀ ਮਿਲ ਕੇ ਇਹਨਾਂ ਨੇ ਸਾਜ਼ ਕੀਤੀ ਹੈ ਹਾਈਕਮਾਂਡ ਦੇ ਨੋਟਿਸ 'ਚ ਗੱਲ ਹੈ ਨਹੀਂ ਇਹ ਪਰ ਮੋਹਰੋਂ ਦੀ ਲੱਗੀ ਇਸ ਕਰਕੇ ਮੇਰੇ ਪਤਵੰਤੇ ਸਾਰੇ ਹਾਈਕਮਾਂਡ ਨੂੰ ਦੋਸ਼ ਦੋਸ਼ੀ ਠਹਿਰਾਉਂਦੇ ਔਰ ਸਭ ਨੇ ਕਿਹਾ ਹਾਈਕਮਾਂਡ ਰਿਵਿਊ ਕਰੇ ਨਹੀਂ ਤਾਂ ਅਸੀਂ ਫੈਸਲਾ ਲਵਾਂਗੇ ਕਾਂਗਰਸ ਦੇ ਹਾਲਾਤ ਕੀ ਰਹਿਣਗੇ ਜੇ ਟਿੰਕੂ ਸ਼ਰਮਾ ਇੱਥੋਂ ਚੋਣ ਲੜਦੇ ਨੇ ਕੀ ਹਾਲਾਤ ਰਹਿਣਗੇ ਕਾਂਗਰਸ ਟਿੰਕੂ ਸ਼ਰਮਾ ਨੂੰ ਲੋਕਾਂ ਨੇ ਪਿੰਡਾਂ ਨਹੀਂ ਵੜਨ ਦੇਣਾ ਚੰਨੀ ਨੂੰ ਨਹੀਂ ਵੜਨ ਦੇਣਾ ਸ਼ਰਾਬ ਦੇ ਠੇਕੇਦਾਰ ਨੂੰ ਔਰ ਜਮਾਨ ਜ਼ਬਤ ਹੋਣੀ ਉਸ ਬੰਦੇ ਦੀ ਇੱਥੇ ਆ ਕੇ ਜੋ ਚੰਨੀ ਨੇ ਕਿਹਾ ਹਿੰਦੂ ਸੀਟ ਹੈ ਮੈਨੂੰ ਕੱਟਣੇ ਵੀ ਕੰਗ ਨੂੰ ਕੱਟ ਦਿਓ ਜੇ ਮੈਂ ਦੱਸਿਆ ਕਿ 50 ਸਾਲ ਤੋਂ ਜੱਟ ਸਿੱਖ ਬਣਦੇ ਆ ਰਹੇ ਲਗਾਤਾਰ ਰਿਕਾਰਡ ਕੱਢ ਕੇ ਦੇਖ ਲਓ ਜੇ ਹਿੰਦੂ ਸੀਟ ਹੈ ਫਿਰ ਸਾਡਾ ਨਾਮ ਲਿਆ ਤਾਰਕਚੰਦ ਗੁਪਤਾ ਦਾ ਆਪਣਾ ਨਟਰਾਜਨ ਕੌਸ਼ਲ ਦਾ ਟਿਕਟ ਕਿਉਂ ਦਿੱਤੀ ਜੇ ਟਿੰਕੂ ਸ਼ਰਮਾ ਨੂੰ ਜਿਹੜਾ ਐਜ਼ ਆ ਪਾਰਟਨਰ ਹੈ ਭੂ ਮਾਫੀਆ ਰੇਤ ਮਾਫੀਆ ਨੂੰ ਟਿਕਟ ਚੱਕ ਕੇ ਦੇ ਦਿੱਤੀ ਇਹਨੂੰ ਲੋਕ ਮਜ਼ਾ ਦਿਖਾਉਣਗੇ ਹੁਣ ਔਰ ਮੈਂ ਮੁਰੰਡੇ ਜਾ ਕੇ ਪਿੰਡ ਪਿੰਡ ਜਾ ਕੇ ਮੈਂ ਖੈਰ ਮੰਗੂੰਗਾ ਕਿ ਮੁਰੰਡੇ ਵਾਲਿਓ ਤੁਸੀਂ ਮੇਰੇ ਤੇ ਅਹਿਸਾਨ ਕੀਤਾ ਮੇਰਾ ਬੂਟਾ ਲਾਇਆ ਮੈਂ ਪਿੱਛੇ ਨਹੀਂ ਹਟਿਆ ਪਰ ਇਹਨੂੰ ਮਜ਼ਾ ਚਖਾਓ ਮਾਂ ਦਾ ਪੁੱਤ ਬਣਾ ਕੇ ਦਿਖਾਓ ਚੰਨੀ ਨੂੰ ਵੀ ਇਹਨੇ ਕੀ ਭਾ ਮੇਰੇ ਨਾਲ ਕੀਤੀ ਹੈ ਤੁਹਾਡੇ ਦੱਸ ਲੱਗਦੀ ਹੈ ਕਿ ਚੰਨੀ ਨੇ ਤੁਹਾਡੇ ਨਾਲ ਕੱਢੀ ਹੈ ਕਿਉਂਕਿ ਲਾਸਟ ਦਿਨ ਤੱਕ ਵੀ ਦੱਸਿਆ ਜਾ ਰਿਹਾ ਕਿ ਟਿਕਟ ਤੁਹਾਡੀ ਐਲਾਨ ਸੀ ਹਾਈਕਮਾਨ ਵੱਲੋਂ ਪੰਜਾਬ ਦੀ ਲੀਡਰਸ਼ਿਪ ਨੇ ਕੀਤਾ ਕੀ ਪੰਜਾਬ ਦੀ ਸਭ ਲੀਡਰਸ਼ਿਪ ਮੇਰੇ ਨਾਲ ਸੀ ਸੁਨੀਲ ਜਾਖੜ ਨਵਜੋਤ ਸਿੱਧੂ ਜੀ ਸਾਰੇ ਮੇਰੇ ਬਹੁਤ ਸਤਿਕਾਰਯੋਗ ਸਾਥੀ ਹੈ ਮੇਰਾ ਨਾਮ ਡਟ ਕੇ ਲਿਆ ਪ੍ਰਪੋਜ਼ ਕੀਤਾ ਲੇਕਿਨ ਇਹਨੇ ਇੱਕ ਐਸੀ ਘਰਾਉਣੀ ਸਾਜ਼ ਕੀਤੀ ਜੋ ਆਖਰੀ ਮੀਟਿੰਗ ਹੋਈ ਸਾਡੀ ਉੱਥੇ ਚੰਨੀ ਨਹੀਂ ਗਿਆ ਕਿ ਜੇ ਉੱਥੇ ਵੋਟਾਂ ਪੈਣੀਆਂ ਮੈਂ ਹਾਰ ਜਾਣਾ ਕੰਗ ਨੇ ਸੀਟ ਲੈ ਜਾਣੀ ਹੈ ਇਹਨੇ ਮਿਸ ਕਰਕੇ ਅੰਦਰੋਂ ਕਦੀ ਕਰਕੇ ਹਾਈਕਮਾਂਡ ਨੂੰ ਅਥਰਾਈਜ਼ ਕਰਾ ਕੇ ਕਿ ਜੋ ਇਹ ਕਰੂਗਾ ਸਾਨੂੰ ਮਨਜ਼ੂਰ ਹੋਊਗਾ ਉਹ ਕਰਾ ਕੇ ਆ ਗਿਆ ਟਿਕਟ ਅਨਾਊਂਸ ਹੋ ਗਈ ਰਾਤ 12 ਵਜੇ ਤੋਂ ਮੇਰੀ ਜਾਨ ਖਾ ਲਈ ਸਾਰੀ ਪਾਰਟੀ ਮੈਨੂੰ ਫੋਨ ਕਰਨ ਲੱਗੀਆਂ ਹੋਈਆਂ ਕੋਈ ਘਰ ਆ ਰਿਹਾ ਕੋਈ ਆਹ ਜਾ ਕੇ ਮਿਲ ਰਿਹਾ ਪਰ ਲੋਕ ਸਵੇਰ ਦੇ ਬਹੁਤ ਆਏ ਭਾਵੁਕ ਹੋ ਕੇ ਭੈਣ ਆ ਕੇ ਰੋ ਪਈਆਂ ਬੰਦੇ ਆ ਕੇ ਭਾਵੁਕ ਹੋ ਗਏ ਮੈਂ ਕੋਈ ਗੱਲ ਨਹੀਂ ਘਬਰਾਓ ਨਾ ਹੁਣ ਕਹਿੰਦੇ ਕੀ ਕਰਨਾ ਮੈਂ ਜੋ ਤੁਸੀਂ ਕਹੋਗੇ ਤਾਂ ਮੈਂ ਇੱਥੇ ਆਇਆ ਐਡਾ ਵੱਡਾ ਇਕੱਠ ਦੇਖ ਕੇ ਹਜੂਮ ਵੱਡਾ ਸਾਰੇ ਕੁਰਾਲੀ ਤੋਂ ਮਰੰਡੇ ਤੋਂ ਵੀ ਆਏ ਕੁਰਾਲੀ ਤੋਂ ਖੜ ਤੋਂ ਨਵਾਂ ਗਰਾਉਂ ਕਾਂਸਲ ਤੋਂ ਪਿੰਡਾਂ ਚੋਂ ਆਵਾਂ ਮਾਦਰੀ ਖੜ ਬਲਾਕ ਤੋਂ ਸੰਗਤ ਇੱਥੇ ਆਈ ਹੈ ਜੁੜੀ ਹੋਈ ਹੈ ਰਾਘਵ ਚੱਡੇ ਨਾਲ ਤੁਹਾਡੀ ਮੀਟਿੰਗ ਹੋਈ ਹੈ ਆਮ ਆਦਮੀ ਪਾਰਟੀ ਚੋਣ ਲੜਨ ਜਾ ਰਹੇ ਹੋ ਹਲਕਾ ਖੜ ਤੋਂ ਦੱਸਿਆ ਜਾ ਰਿਹਾ ਅਨਮੋਲ ਗਮ ਨੂੰ ਹਟਾਇਆ ਜਾ ਰਿਹਾ ਜੀ ਮੇਰੇ ਕੋਲ ਆਏ ਸੀ ਮੈਂ ਤੁਹਾਨੂੰ ਦੱਸਿਆ ਕੋਈ ਗੱਲ ਨਹੀਂ ਸਭ ਪਾਰਟੀ ਮੇਰੇ ਕੋਲ ਆ ਰਹੇ ਉਹਨੂੰ ਮੇਰੇ ਕੱਦ ਦਾ ਪਤਾ ਹੈ ਨਾ ਵੀ ਜਗਮੋਹਨ ਸਿੰਘ ਕੰਗ ਦੇ ਇਲਾਕੇ ਸ਼ਾਹ ਕੀ ਹੈ ਲੋਕਤੰਤਰ ਹੈ ਜਿਹਦੇ ਵੋਟਾਂ ਜਦ ਹਰ ਬੰਦਾ ਜਾਂਦਾ ਉੱਥੇ ਕੋਈ ਹੋਵੇ ਤਾਂ ਕਿਵੇਂ ਦੇਖਦੇ ਹੋ ਕਿ ਹੁਣ ਤੁਸੀਂ ਆਜ਼ਾਦ ਲੜੋਗੇ ਜਾਂ ਕਿਸੇ ਪਾਰਟੀ ਤੌਰ ਜੋ ਮੇਰੇ ਭੈਣ ਭਰਾ ਪੰਚ ਸਰਪੰਚ ਕਹਿਣਗੇ ਇਲਾਕਾ ਨਿਵਾਸੀ ਵਿੱਚ ਚੋਣ ਲੜੂੰਗਾ ਡਰ ਜਿੱਤੂੰਗਾ ਲੜ ਕੇ ਦਿਖਾਊਂਗਾ ਚੰਨੀ ਨੂੰ ਕੰਗ ਸਾਹਿਬ ਮੀਟਿੰਗ ਹੋਈ ਹੈ ਕੀ ਫੈਸਲਾ ਲਿਆ ਗਿਆ ਇਹ ਵੀ ਦੱਸੋ ਨਹੀਂ ਨਹੀਂ ਕੋਈ ਉੱਥੇ ਫੈਸਲਾ ਨਹੀਂ ਲਿਆ ਗਿਆ ਗੱਲਾਂ ਬਾਤਾਂ ਹੋਈਆਂ ਬਹੁਤ ਕੋਈ ਗੱਲ ਨਹੀਂ ਨਹੀਂ ਕਿਵੇਂ ਅੱਜ ਗੱਲ ਹੀ ਕੁਝ ਨਹੀਂ ਹੋਈ ਉਹ ਤਾਂ ਮੇਰੇ ਫੈਸਲਾ ਲੋਕ ਸੱਜਣ ਮਿੱਤਰ ਲੈਣਗੇ